2015 ਦੇ ਵਿੱਚ ਜੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੋਈ ਹੈ ਉਸ ਤੋਂ ਪਹਿਲਾਂ ਵੀ ਬੇਦਬੀਆਂ ਹੁੰਦੀਆਂ ਆਈਆਂ ਨੇ ਉਸ ਤੋਂ ਬਾਅਦ ਵੀ ਬੇਦਬੀਆਂ ਹੋਈਆਂ ਨੇ ਗੁਰੂ ਸਾਹਿਬ ਜੀ ਦੀ ਬੇਦਬੀ ਹੋਣੀ ਬਹੁਤ ਹੀ ਮਾੜੀ ਗੱਲ ਹੈ ਪਰ ਜੋ ਗੁਰਦੁਆਰੇ ਸਾਹਿਬਾਂ ਦੇ ਵਿੱਚ ਬੇਦਬੀਆਂ ਹੁੰਦੀਆਂ ਨੇ ਉਸ ਤੋਂ ਜੇ ਦੂਸਰਾ ਪੱਖ ਦੇਖਿਆ ਜਾਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਨਿਤ ਬੇਦਬੀਆਂ ਹੋ ਰਹੀਆਂ ਨੇ ਗੁਰਬਾਣੀ ਦੀਆਂ ਬੇਦਬੀਆਂ ਹੋ ਰਹੀਆਂ ਨੇ ਉਹ ਕਿਵੇਂ ਜਿਵੇਂ ਕੋਈ ਵਿਆਹ ਸ਼ਾਦੀ ਦਾ ਕਾਰਡ ਛਪਵਾਉਂਦਾ ਹੈ ਉਸ ਦੇ ਉੱਪਰ ਪੰਕਤੀ ਲਿਖੀ ਜਾਂਦੀ ਹੈ ਲਾਕ ਖੁਸ਼ੀਆਂ ਪਾਤਸ਼ਾਹੀਆਂ ਦੇ ਸਤਗੁਰ ਨਜ਼ਰ ਕਰੇ ਜਾਂ ਹੋਰ ਅਨੇਕਾਂ ਹੀ ਤਰ੍ਹਾਂ ਦੀਆਂ ਪੰਕਤੀਆਂ ਲਿਖੀਆਂ ਜਾਂਦੀਆਂ ਨੇ ਜਦੋਂ ਵਿਆਹ ਦੀ ਤਾਰੀਖ ਲੰਘ ਜਾਂਦੀ ਹੈ ਉਹੀ ਵਿਆਹ ਦਾ ਕਾਰਡ ਕੂੜੇ ਦੇ ਢੇਰ ਦੇ ਉੱਪਰ ਜਾਂਦਾ ਹੈ ਔਰ ਉਹ ਵੀ ਇੱਕ ਗੁਰਬਾਣੀ ਦੀ ਵਿਅਦਬੀ ਹੈ ਜੇ ਇੱਕ ਅਖਬਾਰ ਦੇ ਉੱਪਰ ਧਾਰਮਿਕ ਲੇਖ ਸ਼ਬਦਾ ਹੈ ਗੁਰਬਾਣੀ ਦੀ ਵਿਆਖਿਆ ਸ਼ਬਦੀ ਹੈ ਉਹ ਵੀ ਜਦ ਅਖਬਾਰ ਪੁਰਾਣੀ ਹੁੰਦੀ ਹੈ ਰੱਦੀ ਦੇ ਵਿੱਚ ਜਾਂਦੀ ਹੈ ਜਾਂ ਕੂੜੇ ਦੇ ਢੇਰ ਤੇ ਜਾਂਦੀ ਹੈ ਉਹ ਵੀ ਇੱਕ ਗੁਰਬਾਣੀ ਨਰਾਦਰ ਹੈ ਵਹਿਕਲਾਂ ਦੇ ਉੱਪਰ ਗੁਰਬਾਣੀ ਦੀਆਂ ਪੰਕਤੀਆਂ ਲਿਖੀਆਂ ਜਾਂਦੀਆਂ ਨੇ ਉਹ ਵੀ ਇੱਕ ਗੁਰਬਾਣੀ ਦਾ ਨਰਾਦਰ ਹੈ ਜਾਂ ਹੋਰ ਅਨੇਕਾਂ ਹੀ ਤਰੀਕਿਆਂ ਦੇ ਨਾਲ ਜੋ ਗੁਰਬਾਣੀ ਆਪਾਂ ਲਿਖਦੇ ਆਂ ਸ਼ਮਸ਼ਾਨ ਘਾਟਾਂ ਦੇ ਵਿੱਚ ਕੰਧਾਂ ਦੇ ਉੱਪਰ ਗੁਰਬਾਣੀ ਲਿਖੀ ਜਾਂਦੀ ਹੈ ਉਹ ਵੀ ਇੱਕ ਨਰਾਦਰ ਹੈ ਆਵਾਜੋ ਕਮ ਟੀਵੀ ਦੀ ਟੀਮ ਪਹੁੰਚੀ ਅੱਜ ਪਾਇਲਬੀਰ ਸਿੰਘ ਮਸ਼ਹੂਰਾਂ ਦੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਸੇਵਾਦਾਰ ਨੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਜੋ ਇਸ ਤਰੀਕੇ ਦਾ ਨਰਾਦਰ ਹੈ ਇਹਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਔਰ ਵਾਕਿਆ ਹੀ ਇਹ ਨਰਾਦਰ ਹੈ ਕਿ ਸਾਨੂੰ ਅ ਖਬਾਰਾਂ ਦੇ ਉੱਪਰ ਜੋ ਜਿਵੇਂ ਆਪਾਂ ਇਸ਼ਤਿਹਾਰ ਦਿੰਨੇ ਆ ਕਿਸੇ ਕੋਈ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਉਸ ਦਾ ਆਪਾਂ ਇਸ਼ਤਿਹਾਰ ਦਿੰਨੇ ਆ ਆ ਆਪਾਂ ਉਹਦੇ ਉੱਪਰ ਵੀ ਇੱਕ ਗੁਰਬਾਣੀ ਦੀ ਪੰਕਤੀ ਲਿਖਮਾਉਣੇ ਆ ਜਾਂ ਫਿਰ ਵਿਆਹ ਸ਼ਾਦੀ ਦੇ ਕਾਰਡਾਂ ਦੇ ਉੱਪਰ ਗੁਰਬਾਣੀ ਦੀ ਪੰਕਤੀ ਲਿਖਾਉਣੇ ਕੀ ਸਭ ਉਹ ਸਾਨੂੰ ਨਹੀਂ ਲਿਖਾਉਣੇ ਚਾਹੀਦੇ ਉਹ ਸਾਰੀ ਗੱਲਬਾਤ ਆਪਾਂ ਕਰਾਂਗੇ ਭਾਈ ਬੀਬੀ ਸਿੰਘ ਮਿਸ਼ਰ ਹੋਰਾਂ ਦੇ ਨਾਲ ਉਹ ਸਾਡੇ ਨਾਲ ਮੌਜੂਦ ਨੇ ਭਾਈ ਸਾਹਿਬ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕੀ ਫਤਿਹ ਭਾਈ ਸਾਹਿਬ ਜੀ ਜਿਵੇਂ ਹੁਣੇ-ਹੁਣੇ ਮੈਂ ਗੱਲ ਕੀਤੀ ਹੈ ਕਿ ਗੁਰਬਾਣੀ ਦਾ ਨਿਰਾਦਰ ਕੱਲਾ ਇਹ ਨਹੀਂ ਕਿ ਗੁਰੂ ਸਾਹਿਬ ਜੀ ਦੀ ਜੋ ਗੁਰੂ ਘਰਾਂ ਦੇ ਵਿੱਚ ਬੇਅਦਬੀ ਹੋ ਰਹੀ ਹੈ ਗੁਰਬਾਣੀ ਦਾ ਨਿਰਾਦਰ ਇਹ ਵੀ ਇੱਕ ਅਖਬਾਰਾਂ ਦੇ ਉੱਪਰ ਸ਼ਬਦੀ ਹੈ ਜਾਂ ਹੋਰ ਇਹ ਬੜੇ ਹੀ ਤਰ੍ਹਾਂ ਦੇ ਜੋ ਪ੍ਰਿੰਟ ਮੀਡੀਆ ਦੇ ਉੱਪਰ ਵਿਆਹ ਸ਼ਾਦੀ ਦੇ ਕਾਰਡਾਂ ਦੇ ਉੱਪਰ ਸ਼ਬਦੀ ਹੈ ਜਾਂ ਫਿਰ ਕਹਿ ਸਕਦੇ ਹਾਂ ਕਿ ਵਾਹਨਾਂ ਦੇ ਉੱਪਰ ਸ਼ਬਦੀ ਹੈ ਕੀ ਉਹ ਵੀ ਇੱਕ ਨਿਰਾਦਰ ਹੈ ਗੁਰਬਾਣੀ ਦੀਆਂ ਪੰਕਤੀਆਂ ਜਿਹੜਾ ਲਿਖ ਕੇ ਟ੍ਰੈਡਰ ਟਰਾਲੀਆਂ ਹੱਥਾਂ ਦੇ ਉੱਪਰ ੴ ਲਿਖ ਲੈਣਾ ਕਈਆਂ ਨੇ ਕੰਨਾਂ ਦੇ ਗਿੱਚੀ 'ਚ ਇਦਾਂ ਵਹੀਕਲਾਂ ਤੇ ਲਿਖ ਲੈਣਾ ਕੋ 12 ਚ ਗੁਰਬਾਣੀ ਦੀਆਂ ਪੰਕਤੀਆਂ ਆ ਰਹੀਆਂ ਨੇ ਵਿਆਹਾਂ ਸ਼ਾਦੀਆਂ ਦੇ ਕਾਰਡਾਂ ਉੱਪਰ ਟਰੈਕਟਰ ਟਰਾਲੀਆਂ ਉੱਪਰ ਕੰਦਾਂ ਦੇ ਉੱਪਰ ਸਕੂਲ ਦੀਆਂ ਬੈਲਟਾਂ ਤੇ ਸਕੂਲ ਦੀਆਂ ਕਾਪੀਆਂ ਕਿਤਾਬਾਂ ਸਕੂਲ ਦਾ ਲੋਗੋ ਜੋ ਆ ਉਹਦੇ ਉੱਪਰ ਇਦਾਂ ਹੀ ਜਿਹੜੇ ਧਾਰਮਿਕ ਕਈ ਲੋਕ ਸਮਾਗਮ ਕਰਾਉਂਦੇ ਨੇ ਉਹ ਇਸ਼ਤਿਹਾਰਾਂ ਦੇ ਉੱਪਰ ਲਿਖ ਕਰਕੇ ਇਹ ਵੀ ਇੱਕ ਵੱਡਾ ਬਹੁਤ ਵੱਡਾ ਨੁਰਾਦਰ ਹੈ ਗੁਰਬਾਣੀ ਦਾ ਇਹ ਗੁਰਬਾਣੀ ਦੇ ਸਤਕਾਰ ਨੂੰ ਮੁੱਖ ਰੱਖਦਿਆਂ ਹੋਇਆਂ ਸਤਕਾਰ ਕਮੇਟੀ ਪੰਜਾਬ ਵੱਲੋਂ ਹੱਥ ਜੋੜ ਕਰਕੇ ਸੰਗਤਾਂ ਨੂੰ ਬੇਨਤੀ ਹੈ ਕਿ ਇਹ ਗੁਰਬਾਣੀ ਦੀਆਂ ਜਿਹੜੀਆਂ ਪੰਕਤੀਆਂ ਹਨ ਇਹ ਸਾਨੂੰ ਪੜਨੀਆਂ ਵਿਚਾਰਨੀਆਂ ਅਤੇ ਹਾਨੂੰ ਹਿਰਦਿਆਂ ਤੇ ਵਸਾਉਣੀਆਂ ਚਾਹੀਦੀਆਂ ਨੇ ਜਿਹਦੇ ਨਾਲ ਸਾਡੇ ਅਤੇ ਹੋਰ ਲੋਕਾਂ ਦਾ ਵੀ ਭਲਾ ਹੋ ਸਕਦਾ ਹੈ ਪਰ ਇਹ ਗੁਰਬਾਣੀ ਦੀਆਂ ਪੰਕਤੀਆਂ ਜਿਹੜੀਆਂ ਅੱਜ ਇਦਾਂ ਲੈ ਕਰਕੇ ਪੈਰਾਂ ਦੇ ਵਿੱਚ ਰੋਲਦੀਆਂ ਵੇਖ ਰਹੇ ਨੇ ਗੁਰਬਾਣੀ ਦੀਆਂ ਪੰਕਤੀਆਂ ਜਿਹੜੀਆਂ ਆਮ ਹੀ ਵਿਆਹਾਂ ਸ਼ਾਦੀਆਂ ਦੇ ਕਾਰਡ ਆਹ ਵਾਲੇ ਸਮੇਂ ਚ ਜਾਂ ਰੱਦੀ 'ਚ ਵੇਚੇ ਜਾਂਦੇ ਨੇ ਇਹ ਜਿਹੜੀਆਂ ਅਖਬਾਰਾਂ ਰੱਦੀ ਵਿੱਚ ਵਿਕਦੀਆਂ ਨੇ ਇਹ ਇੱਕ ਬੜਾ ਵੱਡਾ ਨੁਰਾਦਰੀ ਹੈ ਮੰਡੀ ਦੇ ਵਿੱਚ ਮੈਂ ਇੱਕ ਦਿਨ ਗਿਆ ਮੈਂ ਇੱਥੇ ਤਾਂ ਗੱਲ ਸੰਗਤਾਂ ਕਰਨਾ ਚਾਹੁੰਦਾ ਕਿ ਧਾਰਮਿਕ ਵਿਰਸਾ ਜਿਹੜਾ ਅਖਬਾਰ ਵਿੱਚ ਛਪਦਾ ਹੈ ਉਹ ਗੋਭੀ ਦੇ ਉੱਪਰ ਲਿਫਾਫੇ ਦੀ ਪੈਕ ਲੱਗਾ ਹੋਇਆ ਸੀ ਟੇਪਾਂ ਦੇ ਨਾਲ ਜਦੋਂ ਦਾਸ ਨੇ ਜਾਂਦਿਆਂ ਉਹਨੂੰ ਕਿਹਾ ਕਿ ਇਹ ਮੈਂ ਗੁਰਬਾਣੀ ਦੀਆਂ ਪੰਕਤੀਆਂ ਹਨ ਇਹ ਧਰਮ ਵਿਰਸਾ ਹੈ ਇਹ ਜਿਹੜਾ ਗੁਰਬਾਣੀ ਦੀਆਂ ਪੰਕਤੀਆਂ ਹਨ ਭਾਵੇਂ ਧਰਮ ਵਿਰਸਾ ਭਾਵੇਂ ਅੱਜ ਅਸੀਂ ਕੋਈ ਵੀ ਧਾਰਮਿਕ ਸੰਸਥਾਵਾਂ ਕਈ ਵਾਰ ਧਾਰਮਿਕ ਲਿਕਟੇਚਰ ਭੇਜ ਰਹੀਆਂ ਨੇ ਸਿੱਖੀ ਦੇ ਪ੍ਰਚਾਰ ਵਾਸਤੇ ਉਹ ਬਿਲਟੀ ਕਰਕੇ ਭੇਜਿਆ ਜਾਂਦਾ ਹੈ ਉਹ ਇੱਕ ਬਿਲਟੀ ਕਰਕੇ ਕਿਸੇ ਵੀ ਟਰਾਂਸਪੋਰਟ ਜਿਵੇਂ ਅੰਮ੍ਰਿਤਸਰ ਤੋਂ ਜੇ ਆਪਾਂ ਭੇਜਦੇ ਆਂ ਤੇ ਉੱਥੇ ਕਈ ਦਿਨ ਟਰਾਂਸਪੋਰਟ ਚ ਪਿਆ ਰਿੰਦਾ ਹੈ ਫਿਰ ਉਹ ਕੋਈ ਟਰੱਕ ਦੇ ਵਿੱਚ ਭੇਜਿਆ ਜਾਵੇਗਾ ਜਾਂ ਉਹ ਕੋਈ ਕੰਟੇਨਰਾਂ ਹੀ ਭੇਜਿਆ ਜਾਂਦਾ ਜਾਂ ਉਹ ਕੋਈ ਸ਼ਿਪ ਰਾਹੀਂ ਭੇਜਿਆ ਜਾਂਦਾ ਹੈ ਉਥੇ ਉਹ ਅਗਲੇ ਨੂੰ ਨਹੀਂ ਪਤਾ ਉਹ ਬੈਠ ਵੀ ਸਕਦਾ ਬੈਠ ਕੇ ਬੀੜੀ ਵੀ ਜੋੜੇ ਲੈ ਕੇ ਉੱਪਰ ਚੜ੍ਹ ਸਕਦਾ ਟ੍ਰੇਨਰਾਂ ਵੀ ਭੇਜਿਆ ਜਾਂਦਾ ਹੈ ਇਹ ਵੀ ਇੱਕ ਗੁਰਬਾਣੀ ਦਾ ਨਰਾਦਰ ਹੈ ਤੇ ਮੇਰੀਆਂ ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰਦਾ ਕਿਉਂਕਿ ਜੋ ਹਾਲਾਤ ਅਸੀਂ ਪੰਜਾਬ ਵਿੱਚ ਵੇਖ ਰਹੇ ਹਾਂ ਜਿਹੜੇ ਤੇ ਇਹ ਦੇਸ਼ ਨੂੰ ਛੱਡ ਕੇ ਦੂਜੇ ਦੇਸ਼ਾਂ ਦੇ ਬਾਹਲੇ ਦੇਸ਼ਾਂ ਚ ਚਲੇ ਗਏ ਨੇ ਉਹ ਤੇ ਵਧਾਈ ਦੇ ਪਾਤਰ ਨੇ ਕਿਉਂਕਿ ਇੱਥੇ ਤੇ ਜਿਹੜੇ ਜ਼ਥੇਦਾਰ ਨੇ ਉਹ ਤਾਂ ਗੱਡੀ 'ਚ ਬੈਠੇ ਤੇ ਜਾ ਕੇ ਧਾਰਮਿਕ ਸਮਾਗਮਾਂ 'ਚ ਉਤਰੇ ਤੇ ਉਹਨਾਂ ਨੂੰ ਨਹੀਂ ਪਤਾ ਜਦੋਂ ਅਸੀਂ ਆਪ ਸਧਾਰਨ ਸਿੱਖਾਂ ਕਿਰਤ ਕਰਨ ਵਾਸਤੇ ਜਾਂ ਮੋਟਰਸਾਈਕਲ ਤੇ ਜਾਂ ਕੋਈ ਕੀਰਤਨ ਨਗਰ ਕੀਰਤਨਾ ਤੇ ਜਾਈਦਾ ਹੈ ਤੇ ਜਦੋਂ ਸਾਡੀ ਨਿਗਾਹ ਉਧਰ ਹੁੰਦੀ ਹੈ ਵੇਖੀਦਾ ਤੇ ਉਹ ਰੂੜੀਆਂ ਦੇ ਉੱਪਰ ਇਦਾਂ ਗੁਰਬਾਣੀ ਦੀਆਂ ਪੰਕਤੀਆਂ ਪਈਆਂ ਹੁੰਦੀਆਂ ਨੇ ਤੇ ਬੜਾ ਹਿਰਦਾ ਦੁਖਦਾ ਹੈ ਤੇ ਮੈਂ ਦੁਖੀ ਹਿਰਦੇ ਨਾਲ ਸੰਗਤਾਂ ਨੂੰ ਬੇਨਤੀ ਕਰਦਾ ਕਿ ਸੰਗਤ ਜੀ ਜੇਕਰ ਤੇ ਤੁਸੀਂ ਗੁਰੂ ਜੀ ਦੀਆਂ ਖੁਸ਼ੀਆਂ ਲੈਣਾ ਚਾਹੁੰਦੇ ਜੀ ਤੇ ਗੁਰਬਾਣੀ ਦਾ ਸਤਕਾਰ ਧੰਨ ਗੁਰੂ ਨਾਨਕ ਦੇਵ ਜੀ ਤੋਂ ਲੈ ਕਰਕੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਤਸ਼ਾਹ ਨੇ ਹਜੂਰ ਸਾਹਿਬ ਦੀ ਪਾਣ ਪੀਤਰ ਧਰਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਦੇ ਕਰਕੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਹੈ ਏ ਓੰਕਾਰ ਤੋਂ ਲੈ ਕਰਕੇ 10 20 ਤੱਕ ਸਤਿਗੁਰ ਦੀ ਗੁਰਬਾਣੀ ਐ ਇਹ ਆਪਾਂ ਨੂੰ ਇਹਦਾ ਸਾਰਿਆਂ ਨੂੰ ਸਤਕਾਰ ਕਰਨਾ ਸਾਡਾ ਫਰਜ਼ ਬੰਦਾ ਹੈ ਅਸੀਂ ਵਿਆਹਾਂ ਸ਼ਾਦੀਆਂ ਦੇ ਕਾਰਡਾਂ ਉੱਪਰ ਟ੍ਰੈਕਟਰ ਟਾਲੀਆਂ ਉੱਪਰ ਅਖਬਾਰਾਂ ਉੱਪਰ ਕਿਸੇ ਵੀ ਧਾਰਮਿਕ ਸਮਾਗਮ ਦੇ ਇਸ਼ਤਿਹਾਰਾਂ ਦੇ ਉੱਪਰ ਸਕੂਲ ਦੀਆਂ ਬੈਲਟਾਂ ਕਿਤਾਬਾਂ ਤੇ ਕਾਪੀਆਂ ਤੇ ਬਸਤਿਆਂ ਦੇ ਉੱਪਰ ਕੰਧਾਂ ਦੇ ਉੱਪਰ ਗੁਰਬਾਣੀ ਨਹੀਂ ਲਿਖਣੀ ਚਾਹੀਦੀ ਇਹ ਇੱਕ ਬਹੁਤ ਵੱਡਾ ਨਿਰਾਦਰ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸੁਚੇਤ ਰਹੋਣ ਤੇ ਆਓ ਆਪਾਂ ਸਾਰੇ ਰਲ ਮਿਲ ਕੇ ਹੰਬੜਾ ਮਾਰੀਏ ਤੇ ਗੁਰੂ ਜੀ ਦੀ ਗੁਰਬਾਣੀ ਦਾ ਜੋ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤਾ ਮਟਾਈ ਇਹ ਚਿੰਤਾ ਨੂੰ ਦੂਰ ਕਰਨ ਵਾਲੀ ਬਾਣੀ ਹੈ ਵਾਹਿਗੁਰੂ ਦਾ ਸ਼ਬਦ ਵੀ ਸਾਨੂੰ ਹਿਰਦੇ ਦੇ ਵਿੱਚ ਵਸਾਉਣਾ ਚਾਹੀਦਾ ਹੈ ਕੰਧਾਂ ਦੇ ਉੱਪਰ ਟਰੈਕਟਰ ਟਰਾਲੀਆਂ ਉੱਪਰ ਇਹ ਵੀ ਸ਼ਬਦ ਨਹੀਂ ਲਿਖਣਾ ਚਾਹੀਦਾ ਇਹ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਓ ਰਲ ਮਿਲ ਕੇ ਆਪਾਂ ਹੰਬੜਾ ਮਾਰੀਏ ਤੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜਿਵੇਂ ਭਾਈ ਸਾਹਿਬ ਜੀ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਲੈ ਕੇ ਗੁਰਮੁਖੀ ਭਾਸ਼ਾ ਨੂੰ ਲੈ ਕੇ ਨਿਤ ਦਿਨ ਆਪਾਂ ਸੁਣਦੇ ਹਾਂ ਕਿ ਉਹਨੂੰ ਉੱਪਰ ਲੈ ਕੇ ਜਾਣਾ ਹੈ ਉਹਦਾ ਸਾਨੂੰ ਮਾਨ ਸਤਕਾਰ ਕਰਨਾ ਚਾਹੀਦਾ ਜੋ ਪੁਰਾਣੇ ਬਜ਼ੁਰਗ ਹੁੰਦੇ ਸੀ ਉਹ ਸਾਨੂੰ ਕਹਿੰਦੇ ਸੀ ਜਦੋਂ ਆਪਾਂ ਛੋਟੇ ਛੋਟੇ ਹੁੰਦੇ ਸੀ ਕਿ ਗੁਰਮੁਖੀ ਨੂੰ ਭਾਵੇਂ ਉਹ ਇੱਕ 35 ਅੱਖਰੀ ਹੀ ਲਿਖੀ ਹੁੰਦੀ ਸੀ ਪੈਰਾਂ ਦੇ ਵਿੱਚ ਨਹੀਂ ਰੋਲਣ ਦੇਣਾ ਪਰ ਅੱਜ ਰੂੜੀਆਂ ਦੇ ਉੱਪਰ ਜੋ ਗੁਰਬਾਣੀ ਰੋਲ ਰਹੀ ਹੈ ਜਾਂ ਚਾਹੇ ਕਿਸੇ ਅਖਬਾਰ ਦੇ ਉੱਪਰ ਲਿਖੀ ਹੈ ਕਿਸੇ ਰਸਾਲੇ ਦੇ ਉੱਪਰ ਧਾਰਮਿਕ ਰਸਾਲੇ ਦੇ ਉੱਪਰ ਲਿਖੀ ਹੈ ਜਾਂ ਵਿਆਹ ਸ਼ਦੀ ਦੇ ਕਾਰਡਾਂ ਦੇ ਉੱਪਰ ਲਿਖੀ ਹੈ ਤੁਸੀਂ ਕੀ ਸੋਚਦੇ ਹੋ ਵੀ ਇਸ ਚੀਜ਼ ਨੂੰ ਕਿਵੇਂ ਰੋਕਣਾ ਚਾਹੀਦਾ ਹੈ ਇਹ ਜਿਹੜਾ ਰੋਕਣਾ ਇਦਾਂ ਵਾਂ ਕਿ ਜਿਦਾਂ ਅਸੀਂ ਆਵਾਜ਼ ਠਾਈ ਹੈ ਸਾਰੀ ਸੰਗਤ ਨੂੰ ਆਵਾਜ਼ ਠਾਉਣੀ ਚਾਹੀਦੀ ਹੈ ਸਾਰੀ ਸੰਗਤ ਵਾਇਟ ਹੋਵੇਗੀ ਤਾਂ ਹੀ ਕਿਸੇ ਚੀਜ਼ ਨੂੰ ਬੰਨ ਲੱਗ ਸਕਦਾ دریا ਦਾ ਬੰਨ ਟੁੱਟ ਜਾਵੇ ਤੇ ਉਹ ਇਕੱਲਾ ਬੰਦਾ ਆਂਦੇ ਬੰਨ ਨੂੰ ਨਹੀਂ ਲਾ ਸਕਦਾ ਜੇ ਬੰਨ ਨੂੰ ਲਾਉਣਾ ਹੋਵੇ ਤੇ ਪਿੰਡਾਂ ਦੇ ਲੋਕ ਵਹੀਕਲਾਂ ਤੇ ਚਾਲ ਕਰਕੇ ਇਕੱਠੇ ਹੋ ਕਰਕੇ ਜਾਂਦੇ ਨੇ ਤੇ ਬੰਨ ਲੱਗ ਜਾਂਦਾ ਹੈ ਇਹ ਗੁਰਬਾਣੀ ਦਾ ਵੀ ਆਪਾਂ ਜੇ ਸਤਕਾਰ ਚਾਹੁੰਦੇ ਆਂ ਤੇ ਸਾਰਿਆਂ ਨੂੰ ਕਮਰ ਕੱਸੇ ਕਰਕੇ ਅੱਗੇ ਆਉਣਾ ਚਾਹੀਦਾ ਹੈ ਜਿਹਦੇ ਨਾਲ ਅਸੀਂ ਗੁਰਬਾਣੀ ਦਾ ਵਾਤੋਂ ਸਤਕਾਰ ਕਰ ਸਕੀਏ ਤੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ ਮੇਰੇ ਖਿਆਲ ਦੇ ਵਿੱਚ ਕੋਈ ਵੀ ਨਹੀਂ ਚਾਹੁੰਦਾ ਕੁਰਬਾਨੀ ਦਾ ਨਰਾਦਰ ਹੋਵੇ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਹੈ ਪਰ ਮੇਰੇ ਖਿਆਲ ਦੇ ਵਿੱਚ ਜਾਣੇ ਅਣਜਾਣੇ ਦੇ ਵਿੱਚ ਗਲਤੀਆਂ ਹੋ ਰਹੀਆਂ ਨੇ ਸਿੱਖ ਸੰਗਤਾਂ ਨੂੰ ਕਿਵੇਂ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ ਜਾਗਰਤੀ ਦੇਵਾ ਕਿ ਜਿਹੜੀਆਂ ਅੱਜ ਆਵਾਜ਼ੇ ਕੌਮ ਇੱਕ ਚੈਨਲ ਸਾਡੇ ਕੋਲ ਟੀਮ ਪਹੁੰਚੀ ਹੈ ਮੈਂ ਧੰਨਵਾਦ ਵੀ ਕਰਦਾ ਕਿ ਇਹਨਾਂ ਨੇ ਸਾਡੀ ਆਵਾਜ਼ ਸਿੱਖ ਸੰਗਤਾਂ ਤੱਕ ਪਹੁੰਚਾਰੇ ਨੇ ਤੇ ਸਿੱਖ ਸੰਗਤਾਂ ਮੇਰੀ ਆਵਾਜ਼ ਨਹੀਂ ਇਹ ਤਾਂ ਇੱਕ ਗੁਰੂ ਦੀ ਆਵਾਜ਼ ਹੈ ਕਿਉਂਕਿ ਜੋ ਬਲਾਵ ਹੈ ਤਉਹ ਬੋਲੇ ਸੁਆਮੀ ਕੁਦਰਤ ਕਵਣ ہماری ਇਹ ਜੀਬਾ ਨਹੀਂ ਬੋਲ ਰਹੀ ਇਹ 사ਤਗੁਰੂ ਸਰ ਤੇ ਹੱਥ ਰੱਖ ਕੇ ਬੁਲਾ ਰਿਹਾ ਹੈ ਕਿਉਂਕਿ ਸਵਾਸਾਂ ਦੇ ਆਂਦੇ 24000 ਸਵਾਸ ਤੇ ਰੋਜ਼ ਅਸੀਂ ਖਰਚ ਰਹੇ ਨੇ 사ਤਗੁਰੂ ਨੇ ਇੱਕ ਸੇਵਾ ਕਰਨ ਦਾ ਕੋਈ ਮੌਕਾ ਬਖਸ਼ਿਸ਼ ਕੀਤਾ ਹੈ ਤੇ ਸਾਡੀ ਆਵਾਜ਼ ਸਿੱਖ ਸੰਗਤਾਂ ਤੱਕ ਇਹ ਹੋਈ ਹੈ ਕਿ ਸਿੱਖ ਸੰਗਤਾਂ ਸਾਰੀਆਂ ਹੰਬਲਾ ਮਾਰਨ ਸਾਡੇ ਕੋਈ ਵੀ ਖੁਸ਼ੀ ਤੇ ਗਮੀ ਦੇ ਸਮੇ ਅਸੀਂ ਵਿਆਹ ਸ਼ਾਦੀ ਦੇ ਕਾਰਡ ਛਾਪਦੇ ਹਾਂ ਉਹ ਕੇਵਲ ਉਹਦੇ ਉੱਪਰ ਆਪਾਂ ਸੁਨੇਹਾ ਲਿਖ ਕੇ ਭੇਜ ਸਕਦੇ ਹਾਂ ਗੁਰਬਾਣੀ ਦੀਆਂ ਪੰਕਤੀਆਂ ਤੇ ਕੇਵਲ ਕੀ ਜਿਹੜੇ ਅੱਜ ਅਸੀਂ ਸ੍ਰੀ ਗੁਰੂ ਨਾਨਕ ਦੇ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਜ ਬਾਬਾ ਦੀਪ ਸਿੰਘ ਜੀ ਦਾ ਜਨ ਦਿਹਾੜਾ ਆ ਰਿਹਾ ਅਸੀਂ ਵੀ ਮਨਾ ਰਹੇ ਹਾਂ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ 30 ਤਰੀਕ ਨੂੰ ਪਰ ਅਸੀਂ ਇਸ਼ਤਿਹਾਰ ਛਪਾਏ ਉਹਦੇ ਉੱਪਰ ਨਾ ਗੁਰਬਾਣੀ ਦੀ ਪੰਕਤੀ ਤੇ ਨਾ ਧੰਨ ਬਾਬਾ ਦੀਪ ਸਿੰਘ ਦੀ ਕਿਉਂਕਿ ਫੋਟੋ ਅਸੀਂ ਘਰ ਵਿੱਚ ਲਾ ਕਰਕੇ ਉਹ ਅਰਗਬਤੀ ਜਾਂ ਉਹਦੀ ਸੇਵਾ ਸੰਭਾਲ ਕਰੀਦੀ ਐ ਜਿਹੜੇ ਅਸੀਂ ਇਦਾਂ ਬੈਨਰ ਛਪਾ ਕੇ ਕੰਧਾਂ ਤੇ ਜਾਂ ਬਾਹਰ ਸੜਕਾਂ ਦੇ ਉੱਪਰ ਲਾ ਕੇ ਕਿ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਪਉ ਵਿੰਡ ਮਨਾਇਆ ਜਾ ਰਿਹਾ ਵਾ ਫਲਾਣੇ ਥਾਂ ਮਨਾਇਆ ਜਾ ਰਿਹਾ ਫੋਟੋ ਲਾ ਕਰਕੇ ਕਿਉਂਕਿ ਉਹ ਫਿਰ ਕੁਝ ਦਿਨਾਂ ਬਾਅਦ ਬੈਨਰ ਹਵਾ ਦੇ ਨਾਲ ਥੱਲੇ ਡਿੱਗ ਪੈਂਦੇ ਨੇ ਤੇ ਗੁਰਬਾ ਇਦਾਂ ਹੀ ਜੇ ਅਸੀਂ ਬਾਬਾ ਦੀਪ ਸਿੰਘ ਦਾ ਸਰੂਪ ਸਮਝੀਏ ਨਾ ਸਮਝੀਏ ਸਮਝਣ ਵਾਲੇ ਤਾਂ ਲਿਖਦੇ ਨਹੀਂ ਤੇ ਜੇ ਨਾ ਨੇ ਸਮਝਿਆ ਨਹੀਂ ਤੇ ਉਹ ਤਾਂ ਫੇਰ ਦਿਨੋਂ ਦਿਨ ਅੱਜ ਇਦਾਂ ਹੀ ਧੰਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਚਾਰ ਸਹਬਜ਼ਾਦੇ ਅਤੇ ਹੋਰ ਜਿੰਨੇ ਵੀ ਬਾਬਾ ਬੁੱਢਾ ਸਾਹਿਬ ਜੀ ਇਦਾਂ ਆਂਦੇ ਕਿ ਅਖਬਾਰਾਂ ਉੱਪਰ ਕਿਤੇ ਵੀ ਇਹ ਨਹੀਂ ਛਪਣੇ ਚਾਹੀਦੇ ਆਹ ਵਾਲੇ ਸਮੇਂ ਦੇ ਵਿੱਚ ਜਿਵੇਂ ਮੀਟ ਦੀਆਂ ਦੁਕਾਨਾਂ ਦੇ ਉੱਤੇ ਕਈ ਸਾਨੂੰ ਫੋਨ ਕਰਕੇ ਤੁਸੀਂ ਕੀ ਕਰਦੇ ਜੇ ਪੰਜਾਬ 'ਚ ਬੈਠੇ ਤੇ ਸਤਕਾਰ ਕਮੇਟੀ ਪੰਜਾਬ ਬਣਾਈ ਹੈ ਕਿਉਂਕਿ ਇਹ ਸਾਨੂੰ ਫੇਰ ਹੀ ਕਦਮ ਚੁੱਕਣਾ ਪੈਂਦਾ ਜਦੋਂ ਇਹ ਲੋਕ ਹਟਦੇ ਨਹੀਂ ਹਟਣਾ ਇਆ ਕਿ ਜੇਕਰ ਸਿੱਖ ਸੰਗਤਾਂ ਸੁਚੇਤ ਹੋਣਗੀਆਂ ਤੇ ਲੋਕ ਹਟ ਜਾਣਗੇ ਹਟਣਾ ਇੱਕ ਬਹੁਤ ਦੂਰ ਦੀ ਗੱਲ ਨਹੀਂ ਸਮਝਣੀ ਲੱਗੇ ਦੀ ਹੈ ਕਿ ਜੇ ਆਪਾਂ ਦਿਨਾਂ ਦੇ ਵਿੱਚ ਜੇਕਰ ਸਤਕਾਰ ਕਮੇਟੀ ਪੰਜਾਬ ਹੋਂਦ ਵਿੱਚ ਆਈ ਤੇ ਜਿੰਨੇ ਵੀ ਗੁਰਮੁਖ ਪਿਆਰੇ ਸਤਕਾਰ ਕਮੇਟੀ ਵਿੱਚ ਸ਼ਾਮਲ ਹੋਏ ਸਨ ਉਹਨਾਂ ਨੇ ਗੁਰਬਾਣੀ ਦੀਆਂ ਪੰਕਤੀਆਂ ਨਾਂ ਟਰੈਕਟਰ ਟਰਾਲੀਆਂ ਤੇ ਇਰ ਤੋਂ ਪਹਿਲਾਂ ਅੱਜ 10-12 ਸਾਲ ਦੀ ਗੱਲ ਕਰਦੇ ਆਂ ਤੇ ਬਹੁਤ ਸ਼ਬਦੀਆਂ ਸਾਂ ਹੁਣ ਅਗਾਹ ਲੋਕ ਸੁਚੇਤ ਹੁੰਦੇ ਜਾ ਰਹੇ ਨੇ ਇਦਾਂ ਹੀ ਅੱਜ ਜਿਵੇਂ ਆਵਾਜ਼ੇ ਕੌਮ ਚੈਨਲ ਸਾਡੇ ਕੋਲ ਟੀਮ ਲੈ ਕੇ ਪਹੁੰਚਿਆ ਅਸੀਂ ਟੀਮ ਇਸ ਟੀਮ ਦਾ ਧੰਨਵਾਦ ਵੀ ਕਰਦੇ ਹੁਣ ਗੁਰਮਖਾਂ ਪਿਆਰਿਆਂ ਦਾ ਕਿ ਸਾਡੀ ਆਵਾਜ਼ ਹੋਰ ਸਿੱਖ ਸੰਗਤਾਂ ਤੱਕ ਇਹ ਪਹੁੰਚਾਰੇ ਨੇ ਤੇ ਸਿੱਖ ਸੰਗਤਾਂ ਨੂੰ ਬੇਨਤੀ ਆ ਕਰ ਇਹ ਹੈ ਕਿ ਆਓ ਆਪਾਂ ਗੁਰਬਾਣੀ ਦਾ ਸਤਕਾਰ ਕਰੀਏ ਤੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਸਾਡਾ ਜਨਮ ਦਿਨ ਸਾਡੇ ਪ੍ਰਕਾਸ਼ ਦਿਹਾੜੇ ਮਨਾਏ ਤਾਂ ਹੀ ਸਵਲੇ ਹੋਣਗੇ ਜੇ ਅਸੀਂ ਗੁਰੂ ਜੀ ਦੇ ਬਚਨ ਮੰਨਾਂਗੇ ਗੁਰੂ ਜੀ ਦੇ ਬਚਨ ਮੰਨ ਕਰਕੇ ਆਪਾਂ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਭਾਈ ਸਾਹਿਬ ਜੀ ਇੱਕ ਗੱਲ ਹੋਰ ਪੁੱਛਣੀ ਚਾਹਾਂਗਾ ਜਿਵੇਂ ਕਿ ਪਿਛਲੇ ਦਿਨ ਦੇਖਿਆ ਕਿ ਆਪਣੇ ਪਿੱਛੇ ਕਮਰ ਦੇ ਉੱਪਰ ਧੌਣ ਦੇ ਉੱਪਰ ਇੱਕ ਓੰਕਾਰ ਕੀ ਜਨ ਲਿਖਵਾਇਆ ਹੈ ਜਦ ਵਾਹਿਗੁਰੂ ਦਾ ਨਾਮ ਲਖਵਾਉਂਦੇ ਨੇ ਅੱਜ ਕੱਲ ਚੱਲ ਗਿਆ ਮੁੰਡੇ ਆਪਣੇ ਦੋਲਿਆਂ ਦੇ ਉੱਪਰ ਅਖੰਡੇ ਛਪਾਉਂਦੇ ਨੇ ਇੱਕ ਓੰਕਾਰ ਲਖਵਾਉਂਦੇ ਨੇ ਉਹਨਾਂ ਨੂੰ ਤੁਸੀਂ ਕੀ ਆਪਣੇ ਤੌਰ ਤੇ ਮੈਂ ਤੇ ਨੌਜਵਾਨਾਂ ਨੂੰ ਬੇਨਤੀ ਕਰਾਂਗਾ ਕਿ ਜੇਕਰ ਤੁਸੀਂ ਸੁਚੇਤ ਹੋ ਜਾਓਗੇ ਜੇਕਰ ਨੌਜਵਾਨਾਂ ਨੇ ਕੇਸ ਕਟਾਏ ਤੇ ਲੜਕੀਆਂ ਕਟਾਉਣ ਲੱਗ ਪੀਆਂ ਪਰ ਮੱਠੇ ਜੇਕਰ ਅਸੀਂ ਹੱਥਾਂ ਉੱਪਰ ਗੁਰਬਾਣੀ ਲਿਖੀ ਤੇ ਲੋਕ ਗਿੱਚੀ ਵਿੱਚ ਇੱਕ ਓੰਕਾਰ ਲਖਾਉਣਾ ਸ਼ੁਰੂ ਕੀਤਾ ਕਈ ਕਲਾਕਾਰਾਂ ਨੇ ਸਹੀਂ ਕਈਆਂ ਦੇ ਪਰਚੇ ਵੀ ਦਰਜ ਕਰਵਾਏ ਹੁਣ ਨਵਾਂ ਇੱਕ ਹੋਰ ਕੰਮ ਚੱਲ ਪਿਆ ਹੈ ਸਿੱਖ ਸੰਗਤਾਂ ਨੂੰ ਉਥੋਂ ਹੀ ਸੁਚੇਤ ਰਹਿਣ ਵਾਸਤੇ ਗੱਲ ਕਰਦੇ ਆ ਕਿ ਇੱਕ ਚੰਦੀਕਰ ਤੋਂ ਸਾਨੂੰ ਕੱਪ ਮਿਲਿਆ ਹੈ ਸਾਡੇ ਤੱਕ ਭੇਜਿਆ ਹੈ ਅਸੀਂ ਇਹਨਾਂ ਫੋਨਾਂ ਦੇ ਉੱਤੇ ਵੀ ਸੰਪਰਕ ਕਰਕੇ ਸਮਝਾਇਆ ਗੁਰਦੁਆਰਾ ਸਾਹਿਬ ਪਾਸ਼ਾਹੀ ਦਸਵੀ ਨਾਡਾ ਸਾਹਿਬ ਜ਼ਿਲ੍ਹਾ ਪੰਚਕੂਲਾ ਹਰਿਆਣਾ ਇੱਥੇ ਕੱਪ ਦੇ ਉੱਪਰ ਹੁਕਮਨਾਮਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਇਹ ਮਹਾਰਾਜ ਲੈ ਕੇ ਆ ਰਹੇ ਆ ਪਰਿਵਾਰ ਦੀਆਂ ਫੋਟੋਆਂ ਗ੍ਰੰਥੀ ਮਹਾਰਾਜ ਤਾਬਿਆਂ 'ਚ ਬੈਠਾ ਗੁਰਬਾਣੀ ਜਾਂ ਕਥਾ ਕਰ ਰਿਹਾ ਹੈ ਇਦਾਂ ਹੀ ਗੁਰਬਾਣੀ ਦੀਆਂ ਪੰਕਤੀਆਂ ਕੱਪ ਉੱਪਰ ਵੀ ਤੇ ਹੁਕਮਨਾਮਾ ਵੀ ਲਿਖ ਛਾਪ ਦਿੱਤਾ ਗਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਫੋਟੋਆਂ ਵੀ ਛਪਗੀਆਂ ਨੇ ਦੂਸਰਾ ਕੱਪ ਸਾਡੇ ਕੋਲ ਆਇਆ ਹੈ ਇਹਦੇ ਉੱਪਰ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਾਲੇ ਤੇ ਭਾਈ ਮਰਦਾਨੇ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਇਹ ਕਰਕੇ ਇਹ ਗੁਰਬਾਣੀ ਦਾ ਨਰਾਦਰ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਨਾ ਸਾਨੂੰ ਫੋਟੋਆਂ ਮਹਾਰਾਜ ਜੀ ਦੀਆਂ ਤੇ ਨਾ ਸਾਨੂੰ ਗੁਰਬਾਣੀ ਦੀਆਂ ਪੰਕਤੀਆਂ ਨਹੀਂ ਛਾਪਣੀਆਂ ਚਾਹੀਦੀਆਂ ਤੇ ਇੱਕ ਟਰੱਕਾਂ ਦੇ ਉੱਪਰ ਵੀ ਟਰੱਕਾਂ ਉੱਪਰ ਵੀ ਲਿਖਿਆ ਹੁੰਦਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਸੰਗਤ ਜੀ ਜਦੋਂ ਟਰੱਕ ਦਾ ਸ਼ੀਸ਼ਾ ਟੁੱਟ ਜਾਂਦਾ ਹੈ ਮੈਂ ਖੁਦ ਬਟਾਲੇ ਸ਼ਹਿਰ ਦੇ ਵਿੱਚ ਗਿਆ ਸੀ ਉੱਥੇ ਉਹ ਸ਼ੀਸ਼ੇ ਜਿਹੜੇ ਪੁੰਜੇ ਪੈਰਾਂ 'ਚ ਛੁੱਟੇ ਹੋਏ ਸਨ ਲਾਹ ਕਰਕੇ ਫਿਰ ਅਸੀਂ ਸਾਨੂੰ ਅੰਦਰ ਦਰਦ ਆਇਆ ਤੇ ਉਹ ਫੋਟੋ ਸ਼ੀਸ਼ੇ ਚੁੱਕੇ ਗੁਰਬਾਣੀ ਦੀਆਂ ਪੰਕਤੀਆਂ ਵਾਲੇ ਹੁਣ ਜਿਹੜਾ ਸ਼ੀਸ਼ੇ ਉੱਪਰ ਲਿਖਿਆ ਗਿਆ ਉਹ ਤਾਂ ਅਸੀਂ ਕੀ ਸਨਕਾਰ ਕਰ ਸਕਦੇ ਹਾਂ ਤੇ ਇਸ ਕਰਕੇ ਜਿਵੇਂ ਗੁਰਬਾਣੀ ਵਿਰਧ ਹੋ ਜਾਂਦੀ ਸੀ ਤੇ ਉਹਦਾ ਤੇ ਅਸੀਂ ਸੋਚਦੇ ਸੀ ਸਾ ਕਿ ਚਲੋ ਇਹ ਵਿਰਧ ਹੋ ਗਈ ਹੈ ਤੇ ਇਹ ਅਸੀਂ ਇਹ ਗੁੰਦਵਾ ਸਾਹਿਬ ਭੇਜ ਦਈਏ ਤੇ ਜਿਹੜੀ ਵਿਆਹ ਵਾਂ ਸ਼ਾਦੀਆਂ ਦੇ ਕਾਰਜ ਛਪ ਕੇ ਤੇ ਉਸ ਵळे ਡੇਢ ਲੰਘਦੇ ਆਨ ਸਾਰੀ ਫਿਰ ਅਸੀਂ ਉਹ ਕੀ ਆਪ ਹੀ ਨਰਾਦਰ ਕਰ ਰਹੇ ਆਂ ਕੋਈ ਹੋਰ ਨਹੀਂ ਨਰਾਦਰ ਕਰਿਆ ਹਿੰਦੂ ਕਰੇ ਅਸੀਂ ਉਸੇ ਵੇਲੇ ਪਰਚਾ ਦਰਜ ਕਰਵਾ ਦਈਏ ਮੁਸਲਮਾਨ ਕਰੇ ਉਸ ਵੇਲੇ ਪਰਚਾ ਦਰਜ ਕਰਵਾ ਦਈਏ ਸਿੱਖਾਂ ਦੇ ਘਰ ਜਾਨਵਰ ਲਾਇਆ ਕਰਕੇ ਅਸੀਂ ਜੇ ਖੁਦ ਨਰਾਦਰ ਕਰਾਂਗੇ ਤੇ ਸਾਡਾ ਲਿਹਾਜ਼ ਹੀ ਨਹੀਂ ਹੋਵੇਗਾ ਗੁਰੂ ਸਾਹਿਬ ਵੱਲੋਂ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰੋਗੇ ਮਹਾਂਪੁਰਸ਼ ਵਜਨ ਕਰਦੇ ਆਸਾਨ ਗੁਰਬਾਣੀ ਦਾ ਸਤਿਕਾਰ ਕਰੋਗੇ ਤੇ 12 ਗੁਣਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲੋਂ ਉਹਦਾ ਜ਼ਿਆਦਾ ਸਤਿਕਾਰ ਹੋਵੇਗਾ ਮੇਰੀ ਤੇ ਇਹੋ ਬੇਨਤੀ ਹੈ ਕਿ ਹਮ ਰੁੱਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਹਮ ਵੀ ਜਿਹੜਾ ਦਾਸ ਹੀ ਐ ਉਹ ਅਜੇ ਤੱਕ ਕੋਈ ਪਿੰਡ ਨਹੀਂ ਸੀ ਜਾਣਦਾ ਪਿੰਡ ਵਿੱਚ ਵੀ ਕੋਈ ਇੰਨਾ ਨਹੀਂ ਸੀ ਜਾਣਦਾ ਅੱਜ ਆਲ ਵਰਲਡ ਦੇ ਵਿੱਚ ਸੰਗਤਾਂ ਯਾਦ ਕਰਦੀਆਂ ਨੇ ਦਾਸ ਨੂੰ ਬਹੁਤ ਪਿਆਰ ਸਤਿਕਾਰ ਦਿੰਦੀਆਂ ਨੇ ਜੇ ਸਤਿਕਾਰ ਦਿੰਦੇ ਜੇ ਸੰਗਤ ਜੀ ਤੁਸੀਂ ਮੇਰੀ ਆਵਾਜ਼ ਨੂੰ ਤੇ ਮੇਰੀ ਬੇਨਤੀ ਆ ਤਰਲਾ ਆਓ ਸਤਿਗੁਰ ਦੇ ਗੁਰਬਾਣੀ ਦਾ ਸਤਿਕਾਰ ਕਰੀਏ ਇੱਕ ਮੈਂ ਹੋਰ ਬੇਨਤੀ ਕਰ ਦਵਾਂ ਵਿਆਹਾਂ ਸ਼ਾਦੀਆਂ ਦੇ ਸਮੇ ਲੋਕ ਅੱਜ ਦੇ ਦਿਨ ਚੱਲ ਰਹੇ ਨੇ ਦੌਰ ਕੀ ਦੌਰ ਚੱਲ ਰਹੇ ਨੇ ਕਿ ਸੁਖਮਣੀ ਸਾਹਿਬ ਦਾ ਪਾਠ ਘਰ ਵਿੱਚ ਕਰਵਾਇਆ ਸ੍ਰੀ ਅਖੰਡ ਪਾਠ ਸਾਹਿਬ ਪਾਠੀ ਗਰੰਥੀ ਸਿੰਘ ਕਰ ਰਿਹਾ ਹੈ ਦੂਸਰੇ ਬੰਨੇ ਮੀਟ ਰੇਜ ਰਿਹਾ ਹੈ ਸ਼ਰਾਬ ਘਰ ਵਿੱਚ ਲਿਆਂਦੀ ਜਾਂਦੀ ਹੈ ਇਹ ਵੀ ਇੱਕ ਨਰਾਦਰ ਹੈ ਫਿਰ ਦੂਸਰੋ ਨਾ ਇਹਦੇ ਨਾਲੋਂ ਨਾ ਕਰਾਓ ਸੁਖਬਨੀ ਸਾਹਿਬ ਨਾ ਕਰਾਓ ਸ੍ਰੀ ਅਖੰਡ ਪਾਠ ਸਾਹਿਬ ਜੇ ਅਸੀਂ ਐਸੇ ਪਾਪ ਕਰਨੇ ਨੇ ਸ੍ਰੀ ਅਖੰਡ ਪਾਠ ਸਾਹਿਬ ਕਰਵਾ ਕਰਕੇ ਫਿਰ ਅਸੀਂ ਪੈਸਾਂ ਦੇ ਵਿੱਚ ਜਾ ਕਰਕੇ ਗੁਰਮਤ ਦੀਆਂ ਧੱਜੀਆਂ ਸਿੱਖਾਂ ਦੇ ਘਰ ਜਨਮ ਲੈ ਕਰਕੇ ਡਾ ਰਹੇ ਆ ਜਿਹਦੇ ਨਾਲ ਅੱਜ ਪੰਜਾਬ ਦੇ ਹਾਲਾਤ ਦਿਨੋਂ ਦਿਨ ਮਾੜੇ ਹੁੰਦੇ ਜਾ ਰਹੇ ਨੇ ਪੰਜਾਬ ਕਰਜ਼ਾਈ ਸਿੱਖ ਕਰਜ਼ਾਈ ਹੁੰਦਾ ਜਾ ਰਿਹਾ ਹੈ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਅਸੀਂ ਘਰ ਵਿੱਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜੇਕਰ ਲੈ ਕੇ ਆਉਂਦੇ ਆ ਤੇ ਸੰਗਤਾਂ ਨੂੰ ਬੇਨਤੀ ਹੈ ਕਿ ਇਹ ਸਿਆ ਕਮਨਾ ਕਰ ਬਿਓ ਇਹਦੇ ਨਾਲੋਂ ਤੁਸੀਂ ਉਦਾਂ ਪੈਲਸ ਵਿੱਚ ਕਰ ਲਓ ਤੇ ਚੰਗੇ ਰਹਜੋਗੇ ਜੇ ਤੁਸੀਂ ਗੁਰੂ ਕੋਲੋਂ ਆਗਿਆ ਲਈਦੀ ਹੈ ਕਿ ਸਤਿਗੁਰ ਜੀ ਪਾਕਤ ਕਬੀਰ ਜੀ ਦੇ ਬੇਟੀ ਦੀ ਸ਼ਾਦੀ ਸੀ ਤੁਸੀਂ ਆਪ ਆਣ ਕੇ ਸਾਰੇ ਕਾਰਜ ਕੀਤੇ ਸਾਡੀ ਵੀ ਲੜਕੀ ਦੇ ਕਾਰਜ ਨੇ ਕਰਿਓ ਪਰ ਮਹਾਰਾਜ ਜੀ ਇਹ ਨਹੀਂ ਕਹਿੰਦੇ ਕਿ ਤੁਸੀਂ ਹੁਣ ਲੜਕੀ ਦੇ ਵਿਆਹ ਦੇ ਵਿੱਚ ਸ਼ਰਾਬ ਤੇ ਮੀਟ ਤੇ ਡੀਜੇ ਲਾ ਕੇ ਭੰਗੜੇ ਪਾਇਓ ਇਹ ਮਹਾਰਾਜ ਜੀ ਨੇ ਸਾਨੂੰ ਵਰਜਿਆ ਐਸਾ ਕੰਮ ਮੂਲੇ ਨਾ ਕੀਚਾ ਜੇਤ ਅੰਤ ਪੋਛੋਤ ਆਈਏ ਐਸਾ ਕਾਮਣੀ ਦੰਦਾ ਨਾਲ ਹੱਥਾਂ ਨਾਲ ਦੰਦਾ ਗੰਡੀਆਂ ਹੱਥਾਂ ਨਾਲ ਜਦੋਂ ਗੰਡਾਂ ਦੇ ਦੀਆਂ ਨੇ ਮੁੜ ਕੇ ਦੰਦਾ ਨਾਲ ਖੋਲੀਆਂ ਪੈਂਦੀਆਂ ਨੇ ਐਸਾ ਕਾਮਣਾ ਕਰ ਬਿਓ ਇਹ ਵੀ ਇੱਕ ਨਰਾਦਰ ਹੈ 사ਦਗੁਰ ਸੱਚੇ ਪਾਸ਼ਾ ਦੀ ਗੁਰਬਾਣੀ ਦਾ ਕਰਵੇ ਸ੍ਰੀ ਖੰਡ ਪੜ ਸਾਹਿਬ ਕਰਵਾ ਕਰਕੇ ਮੁੜ ਕੇ ਨਾ ਡੀਜੇ ਲਾਇਓ ਤੇ ਨਾ ਸ਼ਰਾਬ ਤੇ ਨਾ ਮੀਟ ਦੇ ਤੌਰ ਚਲਾਇਓ ਤੇ ਕਰਨ ਵਾਲੇ ਗਰੰਤੀ ਸਿੰਘਾਂ ਨੂੰ ਬੇਨਤੀ ਹੈ ਕਿ ਅਗਲਿਆਂ ਨੂੰ ਪਹਿਲਾਂ ਸਭ ਕੁਝ ਦੱਸ ਦਿਓ ਕਿ ਜੇਕਰ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਣੇ ਨੇ ਗੁਰੂ ਘਰ ਦੀਆਂ ਪ੍ਰਬੰਧ ਕਮੇਟੀਆਂ ਨੂੰ ਜਥੇ ਵੱਲੋਂ ਬੇਨਤੀ ਹੈ ਕਿ ਜੇਕਰ ਧਾਨ ਗੁਰੂ ਗ੍ਰੰਥ ਸਾਹਿਬ ਕਿਸੇ ਨੇ ਘਰ ਲੈ ਕੇ ਜਾਣੇ ਨੇ ਜਿਨੇ ਐਸਾ ਕੋਈ ਕਰਮ ਕਰਨਾ ਹੈ ਮਾੜਾ ਕਿ ਸ਼ਰਾਬ ਮੀਠ ਦੇ ਦੌਰ ਚ ਚੜਾਉਣੇ ਨੇ ਉਹਨਾਂ ਦੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾ ਲਜਾਏ ਜਾਣ ਜਿਹਦੇ ਨਾਲ ਸਤਿਗੁਰ ਦਾ ਹੋਰ ਸਤਕਾਰ ਹੋ ਸਕਦਾ ਹੈ ਇਹ ਬੇਨਤੀਆਂ ਕਰੋ ਪ੍ਰਵਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਪਾਈਬਲ ਵੀਰ ਸਿੰਘ ਜੀ ਮਿਸ਼ਰਾਲ ਜਿਨ੍ਹਾਂ ਨੇ ਗੁਰਬਾਣੀ ਦੇ ਅਦਬ ਸਤਿਕਾਰ ਦੇ ਸਬੰਧ ਵਿੱਚ ਸਾਡੇ ਨਾਲ ਗੱਲਬਾਤ ਕੀਤੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਆਸ ਕਰਦੇ ਹਾਂ ਕਿ ਅਵਾਜ ਕਮ ਟੀਵੀ ਦੇ ਨਾਲ ਐਸਐਮਐਨ ਜੋ ਸਿੱਖ ਸੰਗਤ ਜੁੜ ਚੁੱਕੀ ਹੈ ਭਾਈ ਸਾਹਿਬ ਦੇ ਜੋ ਉਹਨਾਂ ਨੇ ਬਚਨ ਕੀਤੇ ਨੇ ਜੋ ਉਹਨਾਂ ਨੇ ਗੱਲਾਂ ਕਹੀਆਂ ਨੇ ਉਹਨਾਂ ਦੇ ਜਰੂਰ ਅਮਲ ਕਰਨਗੇ ਇੱਥੇ ਹੀ ਫਤਿਹ ਦੀ ਸੰਜ ਪਾਉਣੇ ਆ ਦੇਖਦੇ ਰਹੋ ਅਵਾਜ ਕਮ ਟੀਵੀ ਵਾਹਿਗੁਰੂ ਜੀ ਕਾ ਖਾਲਸਾ